ਇਹ ਤਿੰਨ ਹੋ ਜਾਣੀਆਂ ਜੀ। ਨਾਲ ਤਾਂ ਗੁਆਰਾ ਹੋ ਜੂ, ਨਾਲੇ ਭਿੰਡੀ ਹੋ ਜੂ, ਨਾਲੇ ਮੱਕੀ ਹੋ ਜੂ ਜਵਾਕਾਂ ਦੇ ਖਾਣ ਨੂੰ, ਨਾਲੇ ਸਬਜ਼ੀ ਬਣਨ ਨੂੰ, ਨਾਲੇ ਗੁਆਰੇ ਦੀ, ਨਾਲੇ ਭਿੰਡੀ ਦੀ। ਇੱਧਰ ਬੀਜਤਾ ਜੀ ਮੈਂ ਆਹ ਲਸਣ। ਅੱਛਾ ਜੀ, ਅੱਜ ਹੀ ਇਹ ਪੱਟ ਕੇ ਖਾਣ ਵਾਲਾ, ਐਡਾ ਐਡਾ ਅੱਜ ਹੀ ਹੋਊਗਾ। ਅੱਛਾ ਜੀ, ਠੀਕ ਹੈ ਜੀ। ਅਤੇ ਆਹ ਜੀ ਬਾਰਾਂ ਮਾਸੀ ਅਮਰੂਦਾਂ ਦਾ। ਅੱਛਾ ਜੀ, ਉਹ ਜਾਮਣਾ ਦਾ ਰਹੇਗਾ ਜੀ। ਆਹ ਕਿਨੂਆਂ ਦਾ ਸੱਪਾਂ ਵਾਲੀ, ਉਹ ਨਰਸਰੀ 'ਚ ਲਿਆ ਸੀਗਾ ਜੀ ਮੈਂ। ਇਹ ਕਿਨੂੰ ਕਿਵੇਂ ਆ ਐਂ ਜੇ ਕਿ ਬਣਿਆ ਨਹੀਂ ਬੂਝਾ ਪੂਰਾ? ਨਹੀਂ ਜੀ, ਹੁਣ ਮਤਲਬ ਚੱਲਣ ਲੈਣਾ ਫੱਗਣ 'ਚ। ਅੱਛਾ, ਅਗਰ ਤੇ ਲੱਗ ਗਿਆ ਫੁੱਲ, ਉਹ ਬੂਕੀ ਨਿਕਲ ਲਾਉਣ ਸਾਰਿਆਂ ਨੂੰ ਲੱਗਣ ਲੱਗ ਗਈ। ਆਹ ਲਾਈ ਸੀ ਮੈਂ ਮੇਥੀ ਜੀ। ਅੱਛਾ ਜੀ, ਰਾਜਸਥਾਨ ਵਾਲੀ ਮੇਥੀ ਕਿਹੜੀ ਜੀ? ਉਹ ਧਨੀਆ ਹੁਣ ਨਵਾਂ ਕੱਲ ਨੂੰ ਬੀਜੂਗਾ ਜੀ। ਆਹ ਨਾਰਾਂ ਦੇ ਬੂਟੇ ਜੀ। ਅੱਛਾ ਜੀ, ਉਹ ਬਦਾਮ ਆ, ਉਹ ਲੱਗੇ ਖੜੇ ਬਦਾਮ। ਅੱਛਾ ਜੀ, ਦੇਖ ਲਓ ਜੀ ਲੱਗੇ ਖੜੇ ਕਹੀਂ। ਚਲੋ ਪਿੱਛੇ ਮੈਂ ਦਿਖਾਵਾਂ ਤੁਹਾਨੂੰ। ਤੇ ਅੱਗੇ ਹੋਰ ਕੀ ਕੁਛ ਹੈ ਜੀ? ਆਹ ਲਾਇਆ ਅਮਰੂਦਾਂ ਦਾ ਜੀ। ਅੱਛਾ ਜੀ, ਆਹ ਲਾਇਆ ਜੀ ਮਤਲਬ ਉਹ ਹਰ ਹਰ ਜੀ। ਅੱਛਾ, ਹਰ ਹਰ ਲਾਤੀ? ਆਹ ਵੀ ਹਰ ਹਰ ਜੀ। ਅੱਛਾ ਜੀ, ਇਹ ਹਰ ਹਰ ਦੀਆਂ ਹੁਣ ਫਲ ਗਈਆਂ? ਹਾਂ, ਲੱਗਣ ਲੱਗਿਆ ਫਲ ਫਲ ਜੀ। ਅੱਛਾ, ਆਹ ਕਿਨੂੰ ਦਾ ਬੂਟਾ ਜੀ? ਠੀਕ ਹੈ ਜੀ, ਆਹ ਕਮਾਦ ਦੇ ਜੀ। ਗੰਨਾ? ਇਹ ਕਿਹੜਾ ਜੀ? ਇਹ ਗੰਨਾ ਪਤਾ ਨਹੀਂ 480 ਵਾਲੇ ਕਿ 484 ਵਾਲੇ ਹੁੰਦੇ। ਠੀਕ ਹੈ ਜੀ, ਥੋੜ੍ਹਾ ਜਿਹਾ ਕਰਦਾ, ਮਿੱਠਾ ਜ਼ਿਆਦਾ ਹੁੰਦਾ ਹੈ, ਮਿੱਠਾ ਵਾਲਾ। ਹਾਂ ਜੀ, ਉਹ ਹੈਗਾ ਲਾਇਆ ਮੈਂ ਫਾਜ਼ਿਲਕੇ ਤੋਂ ਲਿਆ ਕੇ, ਉਹ ਭੁੰਨਾ ਗੰਨਾ ਤਾਂ ਕਿ ਦੰਦੀ ਵੱਡੇ ਤੋਂ ਪੈਰਾਂ ਤੱਕ ਸਿੱਧੀ ਆ ਜੇ, ਉਹ ਸਾਰਾ ਗੰਨਾ ਮਤਲਬ ਛਿਲਿਆ ਜਾਵੇ। ਇਹ ਥੋੜ੍ਹਾ ਜਿਹਾ ਕਰਦਾ ਅਤੇ ਮਿੱਠਾ ਜ਼ਿਆਦਾ ਹੈ। ਅੱਛਾ ਜੀ, ਅਤੇ ਆਹ ਕੀ ਹੈ ਜੀ ਬੂਟੇ? ਇਹ ਤਾਂ ਦੱਸੂਗਾ ਦੋਸਤੀ ਨਾਲ ਜੀ, ਕਿਸੇ ਨੂੰ ਦੱਸ ਦਿੰਦਾ? ਨਹੀਂ ਦੱਸਦੇ, ਨਹੀਂ ਦੱਸਦੇ, ਨਹੀਂ ਦੱਸਦੇ। ਇਹ ਇਹੋ ਜਿਹੀ ਚੀਜ਼ ਹੈ ਹਾਂ ਵੀ ਆਹ ਬੰਦੇ ਦੇ ਆਹ ਥਾਂ ਨਹੀਂ ਦੁਖੂਗਾ। ਅੱਛਾ, ਵੀ ਆਹ ਥਾਂ ਤੇ ਆਹ। ਅੱਛਾ, ਟੂਈ ਦਾ ਏਠ ਦੀ ਟੂਈ ਤੇ ਹਾਂ ਤੇ ਆਪਣਾ ਚੂਲਾ, ਚੂਲਾ। ਅੱਛਾ, ਇਹਦੀ ਭੁਰਜੀ ਬਣਾ ਕੇ ਖਾ ਰਹੇ। ਕੀ ਬਾਤ ਹੈ ਜੀ, ਫਿਰ ਤਾਂ ਦੱਸਣਾ ਨਹੀਂ, ਇਹਨੂੰ ਦੱਸਦੇ ਨਹੀਂ। ਠੀਕ ਹੈ, ਹਾਂ। ਤੇ ਇਹ ਜਦੋਂ 5-6 ਦਿਨ ਖਾ ਲਿਆ ਤੇ ਸਾਲ 2 ਸਾਲ ਸੁਣਨਾ ਤਾਂ ਪੁੜੀ ਦੋ। ਹੁਣ ਨਾਂ ਕੀ ਇਹਦਾ? ਉਹ ਭੂੜੇ ਦੀ ਸੀ, ਇਹਦਾ ਨਾਮ ਯਾਦ ਕਰਕੇ ਦੱਸ ਦੇਣਾ ਹੁਣੇ। ਹੈਗਾ ਤੁਹਾਡੇ ਕੋਲ ਹੀ? ਹੈ, ਹਾਂ, ਹੋਰ ਕਿਸੇ ਕੋਲ ਹੈ ਨਹੀਂ ਜੀ, ਚਿੜੀਆ ਘਰ 'ਚ ਵੀ ਹੈ ਨਹੀਂ। ਠੀਕ ਹੈ, ਉਹ ਬੂਟਾ ਇੱਕ ਆਹ ਛੱਡਾ ਛੱਡਿਆ ਮੈਂ, ਇੱਕ ਹੋਰ ਲਾ ਛੱਡਿਆ। ਅੱਛਾ ਜੀ, ਆਹ ਤਾਂ ਗੰਢਿਆਂ ਦੇ ਫੁੱਲ ਬਣ ਗਏ ਹੈ ਜੀ। ਆਹ ਜੀ ਮੈਂ ਕੱਦੂ ਲਾਤੇ ਜੀ। ਅੱਛਾ ਜੀ, ਕੱਦੂ ਹੁਣੇ ਹੀ ਲਾਤਾ ਹੈ? ਕੱਦੂ ਲਾਤੇ ਜੀ, ਉਹ ਸਾਰ ਕੇ ਖਬਲਾ ਖੜ ਗਿਆ। ਹਾਂ ਹਾਂ, ਆਹ ਖੜੇ ਜੀ। ਠੀਕ ਹੈ ਜੀ, ਤਾਂ ਕਿ ਸਾਰੇ ਮਾਲੀਆਂ ਨੂੰ ਪਹਿਲਾਂ। ਕਿੰਨਾ ਥਾਂ ਕਿੰਨਾ ਜੀ ਤੁਹਾਡੇ ਕੋਲ ਇਹ? ਕਨਾਲ ਕੋ ਮਸਾ ਹੋਊਗਾ ਜੀ? ਕਨਾਲ ਤੋਂ ਵੀ ਘੱਟ ਹੀ ਲਾ ਲਓ ਤੁਸੀਂ, ਕਨਾਲ ਕੁ ਮਸਾ ਹਨਾ। ਆਹ ਬੂਟਾ ਲਾਤਾ ਜੀ ਔਲਿਆਂ ਦਾ। ਠੀਕ ਹੈ ਜੀ, ਆਹ ਅੰਬਾਂ ਦਾ ਗਿਆ। ਆਹ ਅੰਬ ਆ ਗਿਆ, ਔਲੇ ਆ ਗਏ, ਉਹ ਵੀ ਫਿਰ ਅੰਬ ਆ ਗਿਆ, ਫਿਰ ਅੰਬ ਆ ਗਿਆ। ਆਹ ਵੀ ਕਿਨੂੰ ਦਾ, ਹੋ ਸਾਹਮਣੇ ਕਿਨੂੰ ਦਾ ਜੀ। ਠੀਕ ਹੈ ਜੀ, ਤੇ ਛਾਂ ਮਾਰਦੀ ਨਹੀਂ ਜੀ ਫਿਰ ਸਬਜ਼ੀ ਸੁਬਜ਼ੀ ਨੂੰ? ਨਹੀਂ ਮਾਰਦੀ। ਅੱਛਾ, ਆਹ ਮੈਂ ਰੱਖ ਲਈ ਇੰਨੀ ਕੁ ਜੀ ਪਾਲਕ। ਅੱਛਾ, ਸਬਜ਼ੀ ਬੀ ਬਣ ਜੂਗਾ? ਬਣ ਜੂਗਾ, ਬੀ ਬਣ ਜੂਗਾ। ਅੱਛਾ ਜੀ, ਠੀਕ ਹੈ ਜੀ, ਉਹੀ ਬੂਟੀ ਜੀ ਲਾਤੀ ਮੈਂ, ਹੁਣ ਫੁੱਲ ਚੱਕਣ ਲੱਗ ਗਈ। ਕਿਨੂੰ ਆ ਗਿਆ? ਠੀਕ ਹੈ, ਆਹ ਜਿਹੜਾ ਬੂਟਾ ਇਹਨਾਂ ਦੀ 12-12 13-13 ਲੱਗਦੇ ਨੇ ਇੱਕ ਟਾਹਣੀ ਨੂੰ, ਉਹ ਹਰੇ ਛੋਟਾ ਹੀ ਹੈ। ਅੱਛਾ ਜੀ,
ਤੋਰੀ ਵੀ ਆ ਗਈ। ਆਹ ਨਿੰਬੂ ਆ ਗਿਆ ਵੱਡਾ ਹਨਾ, ਤੇਰਾ ਤੇਰਾ ਲੱਗਦੇ ਇੱਕ ਕੁਛ ਨੂੰ। ਅੱਛਾ, ਇੱਕ ਕੁਛ ਨੂੰ ਤੇਰਾ ਲੱਗਦੇ ਆ ਜਿਹੜੇ। ਬੱਲੇ 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 ਬੱਲੇ। ਤੇ ਅਰਬੀ ਉਹ ਲੌਂਕਦੀ ਆ ਗਈ ਹੈ ਨੀ? ਹਾਂਜੀ, ਅਰਬੀ ਦੂਜੀ ਵੀ ਲਾਈ ਆ ਮੈਂ। ਅੱਛਾ, ਇਹ ਇਹ ਕਿਹੜੀ ਅਰਬੀ ਹੋਈ ਜੀ ਜਿਹੜੀ ਤਾਂ ਲੱਗਦੀ ਹੈ? ਇਹ ਜੀ ਮਤਲਬ ਆਹ ਸਾਰੇ ਨਾਲ ਨਾਲ ਲਾਤੇ। ਹਾਂ ਹਾਂ, ਉਹ ਨਿੰਬੂਆਂ ਦੇ ਬੂਟੇ। ਠੀਕ ਹੈ ਜੀ, ਨਾਲੇ ਬਾੜ ਦੀ ਬਾੜ। ਹਾਂ ਹਾਂ ਹਾਂ, ਤੇ ਨਾਲੇ ਮਤਲਬ ਉਹ ਨਿੰਬੂ ਵਿਚਾਲੇ ਪਿੱਪਲ ਵੀ ਆ ਗਿਆ ਹੈ ਜੀ, ਬੋਰਡ ਆ ਗਿਆ। ਆਰਬੀ ਆ ਗਈ ਜੀ ਹੈ। ਇਹ ਫਿਰ ਛਿਲਦੇ ਹੋ ਕਿ ਕਿਵੇਂ ਕਰਦੇ ਹੋ ਜੀ? ਇਹ ਬਿਖ ਲਾ ਕੇ ਮਤਲਬ ਜਿਵੇਂ ਉਬਾਲ ਉਬਾਲਣੀ ਪੈਣੀ ਹੈ ਆਲੂਆਂ ਦਾ, ਲਾਣੇ ਆ ਫੁਲਕ ਜਾ। ਅੱਛਾ, ਉਹ ਲਾ ਕੇ ਤੇ ਉਦੋਂ ਬਾਅਦ ਤੜਕਾ ਰੱਖ ਕੇ ਖਾ ਲੂੰ। ਠੀਕ 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 ਠੀਕ। ਚਲੋ ਜੀ, ਇਹ ਆ ਸਾਡੇ ਬਾਪੂ ਜੀ ਦੀ ਵਾੜੀ ਹੈ ਜੀ। ਮਿਹਰਬਾਨੀ।